ਓਕੇ ਗਾਇਸ, ਵੈਲਕਮ ਬੈਕ ਟੂ ਨਿਊ ਵਲੋਗ। ਕੀ ਹਾਲ ਚਾਲ ਹੈ ਸਾਰਿਆਂ ਦਾ? ਅਤੇ ਅਸੀਂ ਆਏ ਹਾਂ ਮੋਟਰ 'ਤੇ, ਕਿਉਂਕਿ ਜਦੋਂ ਭਾਅ ਜੀ ਹੁਣੇ ਆਏ ਸੀ ਤਾਂ ਆਪਾਂ ਉਦੋਂ ਆਹ ਭਰਿਆ ਸੀ ਸਵਿਮਿੰਗ ਪੂਲ, ਹੁਣ ਇਹਨੂੰ ਆਪਾਂ ਖਾਲੀ ਕਰਨ ਲੱਗੇ ਹਾਂ। ਅਤੇ ਡੈਡੀ ਹੁਣੀ ਚਾਹ ਪੀ ਕੇ ਹਟਿਆ, ਅਤੇ ਨਾਲ ਆਪਣਾ ਵੀਰ ਵੀ ਇੱਥੇ ਚਾਹ ਪੀਂਦੇ ਪਏ, ਅਤੇ ਨਾਲ ਕੁਛ ਬਿਸਕਿਟ ਖਾਂਦੇ ਪਏ ਆ। ਠੀਕ ਆ, ਆਹ ਟੋਭਾ ਸਾਰਾ ਵਾ ਇਹਦੇ ਉੱਤੇ ਵਾ ਪੈ ਕੇ ਨਾ ਇਹਦਾ, ਅਤੇ ਉਹ ਪੂਰਾ ਪਾਣੀ ਦਾ ਰੰਗ ਹੀ ਪੀਲਾ ਹੋ ਗਿਆ। ਇੱਕ ਪਤਾ ਨਹੀਂ ਯਾਰ ਇਹਨਾਂ ਨੂੰ ਕੀ ਹੋ ਗਿਆ ਵਾ, ਆਪਣੀਆਂ ਦੋਨੋਂ ਟਾਹਲੀਆਂ ਨੂੰ ਵਿਖਾਉਣਾ ਮੈਂ ਤੁਹਾਨੂੰ ਕੀ ਲੱਗ ਗਿਆ। ਆਹ ਦੇਖੋ, ਜੇ ਤੁਹਾਨੂੰ ਇੱਦਾਂ ਦਿਖਦਾ ਕਿ ਨਹੀਂ, ਮੈਂ ਨਹੀਂ ਤਾਂ ਲਾਹ ਕੇ ਵਿਖਾਉਣਾ। ਮੁੱਢ ਤੋਂ ਸ਼ੁਰੂ ਹੁੰਦਾ ਏ ਕੀ ਕੱਪੜਾ ਆ ਜੁੜੀ ਜਾਂਦਾ ਇਹਨੂੰ ਨਾ, ਸਾਰੀ ਨੂੰ ਜੁੜਿਆ ਆ ਵੀ ਇੱਦਾਂ ਦਾ। ਸਾਰਿਆਂ ਦੇ ਡੈਡੀ ਕਹਿੰਦੇ ਸਾਰਿਆਂ ਦੀ ਮੋਟਰਾਂ 'ਤੇ ਇੱਦਾਂ ਇਹ ਕੀ ਜੁੜੀ ਜਾਂਦਾ ਏ, ਕਿੰਨਾ ਕਿੰਨਾ ਦਾ ਟਾਹਲੀਆਂ ਜਾ ਕੇ ਚੈੱਕ ਕਰੋ ਕੀ ਜੁੜਿਆ ਇਹਨਾਂ ਨੂੰ। ਅਤੇ ਜਿਵੇਂ ਟਾਹਲੀ ਚੈੱਕ ਕਰੀਏ ਨਾ, ਅਤੇ ਇਹਨਾਂ ਦੇ ਵਿੱਚ ਪਤਾ ਕੀ ਆ, ਆਹ ਦੇਖੋ ਜਿਵੇਂ ਆਹ ਵਾ ਸਾਰਾ ਰੁੱਖ ਹੀ ਖਾਈ ਜਾਂਦੇ ਆਪਣਾ। ਆਹ ਦੇਖਦਾ ਪਿਆ ਆਵੇ, ਆਹ ਜੀ ਆਵੇ ਸੁੰਡੀਆਂ ਵਾ, ਸਾਰੀ ਨੂੰ ਸੁੰਡੀਆਂ ਪਈਆਂ ਹੋਈਆਂ ਆਵੇ, ਆਹ ਸੁੰਡੀਆਂ ਸਾਰੀ ਨੂੰ ਸੁੰਡੀਆਂ ਸਾਰੇ। ਤੇ ਇੱਦਾਂ ਹੀ ਵਰਕ ਆਇਆ ਚੜਿਆ ਹੋਇਆ, ਤੇ ਉਹ ਦੂਜੀ ਤੇ ਵੀ ਇੱਦਾਂ ਹੀ ਆ ਆਵੇ, ਜਾਲ ਆਇਆ ਟਾਈਪ ਇੱਦਾਂ। ਚਲੋ ਹੁਣ ਆਪਾਂ ਮੋਟਰ ਲੈ ਕੇ ਆਏ ਹਾਂ, ਅਤੇ ਨਾਲ ਜਨਰੇਟਰ ਪਾ ਕੇ ਸਾਰਾ ਪਾਣੀ ਕੱਢ ਕੇ ਪਰੇ ਮਾਰਨਾ, ਕਿਉਂਕਿ ਲਿਫਾਫੇ ਸਾਂਭੀਏ। ਜਦੋਂ ਜੂਨ ਜੁਲਾਈ ਆਊਗੀ, ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਵਾ, ਉਦੋਂ ਭਰਾਂਗੇ, ਵਾਹ ਵਾਹ ਗਰਮੀਆਂ ਆ ਲੈਂਦੇ, ਕਿਉਂਕਿ ਬਾਅਦ 'ਚ ਹਜੇ ਫਸਲ ਵੀ ਵੱਢਣੀ, ਸੋਮਵਾਰ ਨੂੰ ਸ਼ੁਰੂ ਕਰਨਾ ਆਪਾਂ ਕਣਕ ਵੱਢਣੀ। ਠੀਕ ਹੈ ਜੀ, ਅਤੇ ਮੈਂ ਸੋਚਿਆ ਵਾ ਹੋਰ ਮੋਟਰ 'ਤੇ ਰੁੱਖ ਲਾਏ ਜਾਣ, ਅਸੀਂ ਰੁੱਖ ਦਾ ਪਲੈਨ ਕਰਨ 'ਤੇ ਪਿਆ। ਪਲੈਨ ਕੀ, ਸ਼ਾਇਦ ਕੱਲ੍ਹ ਲੈ ਆਈਏ ਅਸੀਂ। ਸੋਹਣੇ ਲੱਗਦੇ ਮੋਟਰ 'ਤੇ ਰੁੱਖ ਲੱਗੇ, ਹੈ ਨਾ ਬਾਈ? ਦੇਖੋ ਅੱਛੇ ਲੱਗ ਰਹੇ ਆ ਨਾ ਰੁੱਖ ਲੱਗੇ, ਹੈ ਨਾ? ਹੋਰ ਲਾ ਦੇ, ਠੀਕ ਆ। ਆਹ ਵੇਖੋ ਗਾਇਜ਼, ਅਸੀਂ ਲੈ ਆਏ ਲੱਦ ਕੇ, ਆਹ ਜਿਹੜੀ ਨਾ ਸੁੰਡ ਪੈ ਪਿਛਲੀ ਵਾਰੀ ਵੀ ਆਹ ਦੇ ਇਹਦੇ ਨਾਲ ਕੱਢਿਆ ਸੀ, ਅਤੇ ਜਿਸ ਕਾਰਨ ਆਵੇ ਲਾਉਣ ਲੱਗਾ, ਲਾ ਕੇ ਫਿਰ ਆਪਾਂ ਅੱਗੋਂ ਕੰਮ ਸ਼ੁਰੂ ਕਰਦੇ ਹਾਂ। ਅਤੇ ਮਿਰਚਾਂ, ਸ਼ਿਮਲਾ ਮਿਰਚਾਂ ਗਾਇਜ਼ ਆਪਣੀਆਂ ਬਹੁਤ ਵਧੀਆ ਹੋਈਆਂ, ਬਹੁਤ ਹੀ ਵਧੀਆ ਤਰੀਕੇ ਨਾਲ, ਠੀਕ ਆ। ਫਲ ਲੱਗਾ ਹੋਇਆ ਵਾ, ਇੱਕ ਵਾਰੀ ਤੜਾਈ ਕਰਤੀ ਆ, ਅਤੇ ਇੱਕ ਵਾਰੀ ਹੋਰ ਕਰਨੀ ਆ। ਆਵੇ ਦੇਖਦਾ ਪਿਆ ਮੁੱਢ 'ਚ ਮਿਰਚਾਂ, ਨੇੜੇ ਜਾ ਕੇ ਵਿਖਾਉਣਾ, ਇੱਦਾਂ ਪਤਾ ਨਹੀਂ ਲੱਗਣਾ। ਇੱਥੇ ਇੱਥੇ ਫਲ ਲੱਗੇ ਹੋਏ ਆ, ਠੀਕ ਆ। ਉਹ ਦੇਖੋ ਕਿੰਨਾ ਵਧੀਆ ਵਾ, ਜੇ ਔਰਗੈਨਿਕ ਖੇਤੀ ਵੀ ਸ਼ੁਰੂ ਕਰ ਦੇਵੇ ਬੰਦਾ, ਹੈ ਜਿਸ ਕਾਰਨ ਕਿਵੇਂ ਭਲਾ ਮੈਂ ਕਹਿੰਦਾ ਕਰਨੀ ਚਾਹੀਦੀ ਨਾ। ਕਹਿੰਦੇ ਉਤਪਾਦਨ ਘੱਟ ਹੁੰਦਾ ਹੈ ਨਾ, ਕੁਆਂਟਿਟੀ ਘੱਟ ਜਾਂਦੀ ਆ, ਕੁਆਲਿਟੀ ਵਾਰ ਵਧੀਆ, ਕੋਈ ਨਹੀਂ ਵੇਖਦੇ ਹਾਂ। ਚਲੋ ਗਾਇਜ਼, ਆਪਾਂ ਹੁਣ ਨਾ ਪਾਣੀ ਕੱਢਦੇ ਪਏ ਹਾਂ, ਚੱਲਦਾ ਪਿਆ ਵੇਖੋ, ਇਹਦੇ ਅੰਦਰ ਮੋਟਰ ਪਾ ਤੀ ਅਸੀਂ, ਠੀਕ ਆ। ਆ ਇਹਦੇ ਰਾਹੀਂ ਪਾਣੀ, ਉਹਦੇ ਉੱਤੇ ਪਾਣੀ ਲਿਫਾਫਾ ਤੈਰਦਾ, ਬਾਹਰ ਕੱਢ ਦੇ ਕਿਸ ਚੀਜ਼ ਨਾਲ। ਇੱਕ ਡਾਇਰੈਕਟ ਕਨੈਕਸ਼ਨ ਨੂੰ ਜਾਂਦੀ ਆ, ਇੱਕ ਕਨੈਕਸ਼ਨ ਨੂੰ ਜਾਣੀ, ਇੱਕ ਲਾ ਜਿੱਦਾਂ ਆਪਾਂ ਲਾਲ ਪਲਾ ਦਈਏ ਕਰੰਟ ਨੂੰ, ਹੈ ਨਾ, ਅਤੇ ਨਾਲ ਕਨੈਕਸ਼ਨ ਨੂੰ। ਚਲੋ ਗਾਇਆ ਸੁਰੱਜੀ ਹੁਣੀ ਅਤੇ ਮੋਟਰ 'ਤੇ ਆ ਗਿਆ ਰੋਟੀ ਲੈ ਕੇ, ਠੀਕ ਆ, ਨਾਲ ਸੈਲਿਡ ਸੁਲਿਡ ਖਾਵਾਂਗੇ। ਕੀ ਬਣਾਉਣ ਲੱਗੀਆਂ ਸਾਡੇ ਲਈ? ਕੁਛ ਤਾਂ ਬਣਾਏਗੀ ਸਾਡੇ ਲਈ। ਚਲੋ ਗਾਇਸ, ਹੈਲਪਰ ਦੀ ਤਾਂ ਰੋਟੀ ਲੈ ਆਏ ਆ, ਸਾਡੀ ਨਹੀਂ ਲਿਆਏ ਇਹਨਾਂ ਨੇ, ਮੈਨੂੰ ਲੱਗਦਾ ਇੱਥੇ ਪਕੌੜੇ ਸ਼ਾਇਦ ਕੱਢਣੇ ਆ, ਅਸੀਂ ਘਰੋਂ ਜਾ ਕੇ ਖਾ ਕੇ ਆਈਏ, ਠੀਕ ਆ।
ਚਲੋ ਗਾਇਸ, ਇੰਨਾ ਵਧੀਆ ਮੌਸਮ ਹੋ ਗਿਆ ਨਾ, ਹਵਾ ਚੱਲਦੀ ਪਈ ਆ, ਹੈਂ, ਤੇ ਅਸੀਂ ਪਾਣੀ ਪੂਰਾ ਕੱਢ ਲਿਆ, ਬਹੁਤ ਘੱਟ ਪਾਣੀ ਰਹਿ ਗਿਆ, ਠੀਕ ਆ, ਅਤੇ ਐਂ ਲੱਗਦਾ ਮੀਂਹ ਪੈ ਸਕਦਾ, ਮੌਸਮ ਇੱਦਾਂ ਦਾ ਥੋੜ੍ਹਾ ਜਿਹਾ ਲੱਗਦਾ ਪਿਆ ਸਾਨੂੰ। ਅਤੇ ਇੱਧਰ ਰੱਜੀ ਕਹਿੰਦੀ ਆ ਪਕੌੜੇ ਬਣਾਈਏ ਆਪਾਂ, ਅਤੇ ਸਾਰਾ ਸਮਾਨ ਮੋਟਰ 'ਤੇ ਚੱਕ ਲਿਆ ਹੀ ਆ, ਅਤੇ ਹੁਣ ਸ਼ਿਮਲਾ ਮਿਰਚਾਂ ਤੋੜਦੀ ਪਈ ਆ, ਆਵੇ ਹਿੰਦੇ ਆਵੇ ਮੁੱਢ ਜੇ 'ਚ ਇੱਥੇ। ਕਿੱਡਾ ਸੋਹਣਾ ਬੱਦਲ ਆ। ਚਲੋ ਗਾਇਜ਼, ਹੁਣ ਆਪਾਂ ਬਣਾਉਣ ਲੱਗੇ ਹਾਂ ਪਕੌੜੇ ਸ਼ਿਮਲਾ ਮਿਰਚਾਂ ਦੇ, ਠੀਕ ਆ। ਪਹਿਲਾਂ ਇੱਕ ਵਾਰੀ ਨਾ ਚੰਗੀ ਤਰ੍ਹਾਂ ਮਿੱਟੀ ਲਾ ਲਈਏ ਸ਼ਿਮਲਾ ਮਿਰਚਾਂ ਤੋਂ, ਚੰਗੀ ਤਰ੍ਹਾਂ ਸਾਫ਼ ਕਰ ਲਈਏ। ਅਤੇ ਗਾਇਜ਼ ਰੱਜੀ ਵਿਚਾਰੀ ਬੜੀ ਦੁਖੀ ਆ, ਪਹਿਲਾਂ ਪੁੱਛਦੇ ਹਾਂ ਜੀ ਕਿੰਨੇ ਕੁੱਟਿਆ, ਤਾਂ ਵੀ ਦੱਸਦੇ ਪਾਣੀ ਥੋੜਾ ਅੱਜ ਬਣਨੇ ਆ ਸ਼ਿਮਲਾ ਮਿਰਚ ਦੇ ਪਕੌੜੇ। ਅਤੇ ਬਾਕੀ ਨਾ ਅੱਜ ਹਵਾ ਇੱਥੇ ਮੋਟਰ 'ਤੇ ਤੁਹਾਨੂੰ ਪਤਾ ਛਾਂ ਆਪਣੇ ਵਾਧੂ ਆ, ਹੈ ਨਾ। ਅਤੇ ਇੱਥੇ ਅਸੀਂ ਨਾ ਆਹ ਦੇਖੋ ਕਿੱਡਾ ਵਧੀਆ ਬਾਊਲ, ਬਾਊਲ ਬੜਾ ਵਧੀਆ। ਇਹ ਕਦੋਂ ਲਿਆਂਦਾ ਸੀ? ਇਹ ਰਮਨ ਨੇ ਲੈ ਕੇ ਦਿੱਤਾ ਸੀ। ਅੱਛਾ, ਹਲਦੀ ਪਾ ਦਈਏ, ਕਿੰਨੀ ਕੁ ਪਾਈਏ? ਵਧੀਆ ਰੰਗ, ਸਵਾਦ ਅਨੁਸਾਰ ਪਾ ਦੇ। ਕਰਾਰੇ ਰੱਖੀਏ ਫਿਰ ਵੇਲਾ, ਕਰਾਰੇ ਰੱਖ ਕੇ ਕੱਲੀ ਸ਼ਿਮਲਾ ਮਿਰਚ ਦੇ ਪਕੌੜੇ, ਇਹ ਵਧੀਆ ਕੀਤਾ। ਕਿਉਂਕਿ ਹੁਣ ਸ਼ਿਮਲਾ ਮਿਰਚ ਆਪਣੇ ਆਪ ਦੀਆਂ ਹੈਗੀਆਂ। ਤੇ ਆਹ ਆਪਾਂ ਗੈਸ ਕਿਉਂ ਯੂਜ਼ ਕਰਨ ਲੱਗੇ ਆ? ਇਹ ਆਪਾਂ ਤਾਂ ਕਰਕੇ ਕਿ ਜਿਵੇਂ ਕਣਕਾਂ ਹੁਣ ਪੱਕੀਆਂ ਹੋਈਆਂ, ਕੋਈ ਨੁਕਸਾਨ ਨਾ ਹੋਵੇ, ਕੋਲਾ ਕੋਲਾ ਇੱਧਰ ਉੱਧਰ ਜਾ ਕੇ ਅੱਗ ਨਾ ਲੱਗ ਜਾਵੇ, ਇਸ ਕਰਕੇ ਆ ਜਿਹੜਾ ਗੈਸ ਯੂਜ਼ ਕਰਨ ਲੱਗੇ ਆ, ਸੇਫਟੀ ਵਾਲਾ ਕਰਨ ਲੱਗੇ। ਤੁਹਾਨੂੰ ਪਤਾ ਹੁਣ ਸਾਰੀਆਂ ਕਣਕਾਂ ਦੇਖ ਲਓ ਬਈ ਪੱਕੀਆਂ ਪਈਆਂ, ਹਨਾ, ਜਿੰਨਾ ਵੀ ਏਰੀਆ, ਇਸ ਕਰਕੇ ਆਪਾਂ ਕਿਹਾ ਵੀ ਇਹ ਯੂਜ਼ ਕਰ ਲਈਏ, ਹਨਾ। ਬਸ ਗੈਸ ਇੰਨੀ ਹਵਾ ਚੱਲਦੀ ਪਈ ਹੈ ਨਾ, ਅਤੇ ਥੱਲੇ ਗੈਸ ਚੱਲਦਾ ਪਿਆ ਦੇਖ ਲਓ, ਇੰਨੀ ਹਵਾ 'ਚ ਵੀ ਇੰਨੇ ਵਧੀਆ ਗਰਮ ਹੋਇਆ ਨਾ ਤੇਲ। ਹੁਣ ਫੋਨ ਲੈ ਕੇ ਗਿਆ ਉਹ ਕੋਈ? ਪਤਾ ਨਹੀਂ, ਇੱਥੇ ਲੈ ਆ, ਲਾ ਦਿਆ ਵੇ ਮੇਰਾ ਮੋਬਾਈਲ ਵੀ ਇੱਥੇ। ਚਲੋ ਬਈ, ਇੱਥੇ ਰੱਜੀ ਹੁਣ ਘੋਲ ਬਣਾਈ ਜਾਂਦੀ, ਇੱਧਰ ਸ਼ਿਮਲਾ ਮਿਰਚਾਂ ਦੇਖੋ ਕਿੱਡੀਆਂ ਵਧੀਆ ਕੱਟੀਆਂ, ਅਤੇ ਇੱਧਰ ਪਾਣੀ ਕੱਢਿਆ ਅੱਜ ਸਵਿਮਿੰਗ ਪੂਲ ਦਾ, ਸਾਫ਼ ਕਰਦੇ ਨਾ ਤਾਂ ਲਿਫਾਫੇ ਲੈ ਜਾਣੇ ਘਰੇ। ਚਲੋ ਗਾਇਜ਼, ਅੱਜ ਨਾ ਮੋਟਰ 'ਤੇ ਜਸਕਰਨ ਦੀ ਰੋਟੀ ਲੈ ਕੇ ਆਏ ਸੀਗੇ, ਅਤੇ ਨੀਂਦ ਆਉਂਦੀ ਪਈ ਹੁਣ ਇਹਨੂੰ ਸੌਂ ਖਾ ਕੇ ਨਾ, ਇੰਜਨ ਲੋਡ ਲੈ ਲੈਂਦਾ ਨਾ ਫਿਰ, ਅਤੇ ਨੀਂਦ ਆਉਂਦੀ ਆ, ਆਉਂਦੀ ਨੀਂਦ, ਨੀਂਦ ਫਿਰ ਆਉਣੀ ਆ। ਹੁਣ ਦੁਪਹਿਰ ਹੋ ਗਈ ਆ, ਦੇਖੋ ਕਿੰਨਾ ਘੈਣਾ ਮੌਸਮ ਆ ਬਣ ਗਿਆ, ਹੈ ਨਾ, ਹਵਾ ਜੀ ਚੱਲਦੀ ਪਈ, ਜਦੋਂ ਹਵਾ ਜੀ ਚੱਲਦੀ ਹੋਵੇ ਨਾ ਮੋਟਰ ਮੋਟਰ 'ਤੇ ਆਪੇ ਨੀਂਦ ਆ ਜਾਂਦੀ ਆ। ਸੌਂ ਜਾ ਫਿਰ, ਇਹਦੇ ਵੀ ਕਿਤੇ ਸਾਰਾ ਨਾ ਖਾ ਜਾਵੇ, ਫਿਰ ਉਸ ਹਿਸਾਬ ਨਾਲ ਲੜਾਈ ਹੋ ਜਾਂਦੀ ਆ। ਮੌਸਮ ਐਂਡ ਆ ਬਈ ਬਸ, ਹੈ ਨਾ, ਸਾਰੇ ਬੰਦੇ ਵਾਹ। ਕੁੜੀ ਪਕੌੜੇ ਕੱਢਦੀ ਪਈ ਆ, ਤੇ ਖਾਣੇ ਕਿੰਨੇ ਆ? ਧਿਆਨ ਨੇ ਜੀ, ਵਾਹ ਵਾਹ ਕੱਢਣਾ ਸੀ, ਹੈ ਧਿਆਨ ਨੇ ਕਰਨਾ ਸੀ, ਵਾਹ ਜਿੱਦਾਂ ਪਕੌੜੇ ਨਹੀਂ ਕੱਢਦੀ, ਵਾਹ। ਜ਼ਿਆਦਾ ਹਵਾ ਹੋ ਗਈ ਆ, ਹਨਾ, ਓਏ ਆ ਆ ਵੇ ਇੱਧਰ, ਸਾਰੀ ਸਵਾਦ ਉਹਦੇ 'ਚ ਪੈ ਜਾਣੀ ਆ, ਸਿਰ 'ਚ ਨਾ ਪਾ ਦਾ ਉਹ ਸਵਾਦ, ਦੂਜੇ ਬੰਨੇ ਰੱਖ।
ਚਲੋ ਬਈ ਬਸ ਬਸ ਸਹੀ ਆ ਅਤੇ ਇੱਥੇ ਪਕੌੜੇ ਬਈ ਪੈਣ ਲੱਗ ਪਏ ਹੁਣ ਸ਼ਿਮਲਾ ਮਿਰਚ ਦੇ ਪਹਿਲੀ ਵਾਰੀ ਮੋਟਰ ਤੋਂ ਤੋੜ ਕੇ ਸ਼ਿਮਲਾ ਮਿਰਚ ਦੇ ਪਕੌੜੇ ਬਣਾਏ ਅੱਜ ਹੈ ਨਾ ਅੱਗੇ ਵੀ ਬਣਾਏ ਹੋਣੇ ਆ ਬਾਕੀ ਇੱਦਾਂ ਤੋੜ ਕੇ ਘੱਟ ਹੀ ਬਣਾਈ ਦੇ ਨਹੀਂ ਤੋੜ ਕੇ ਬਣਾਏ ਹੋਣਗੇ ਮੈਨੂੰ ਨਹੀਂ ਯਾਦ ਗਾੜਾ ਕਰ ਜਲਦੀ ਉਹ ਵੈਸੇ ਲੱਥੀ ਆਂਦਾ ਚਲੋ ਗਾਇਸ ਹੁਣ ਅਸੀਂ ਬਣਾ ਲਿਆ ਘਰੇ ਜਾ ਕੇ ਚਾਹ ਨਾ ਖਾਂਦੇ ਆ ਠੀਕ ਹੈ ਸਾਰੇ ਜਣੇ ਬੈਠ ਕੇ